ਸਸਿਕਾ ਦੋਸਤੋ ਮੈਂ ਥੋੜਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਕਰਦਾ ਹਾਂ ਦੋਸਤੋ ਅਸੀਂ ਅੱਜ NTSE نیشنل ਟੈਲੈਂਟ ਸਰਚ ਐਗਜ਼ਾਮੀਨੇਸ਼ਨ ਸਕਾਲਰਸ਼ਿਪ ਐਗਜ਼ਾਮੀਨੇਸ਼ਨ ਦੇ 2019 ਦੇ ਵਿੱਚ ਜਿਹੜੇ ਇੰਪੋਰਟੈਂਟ ਕੁਐਸਚਨ ਪੇਪਰ ਦੇ ਵਿੱਚ ਆਏ ਸੀ ਉਹਨੂੰ ਡਿਸਕਸ ਕਰਨ ਜਾ ਰਹੇ ਹਾਂ ਜਿਸ ਦਾ ਪਾਰਟ 2 ਡਿਸਕਸ ਕਰ ਰਹੇ ਹਾਂ ਤੋ ਫਰੈਂਡਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਾਈ ਇਨਫੋਰਮੇਟਿਵ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਤੋ ਫਰੈਂਡਸ ਤੁਹਾਨੂੰ ਪਤਾ ਹੈ ਕਿ ਐਨਟੀਐਸਈ ਨੈਸ਼ਨਲ ਟੈਲੈਂਟ ਸਰਚ ਐਗਜ਼ਾਮੀਨੇਸ਼ਨ ਇਸ ਸਾਲ 13 ਦਸੰਬਰ 2020 ਨੂੰ ਹੋਣ ਜਾ ਰਿਹਾ ਹੈ। ਉਮੀਦ ਕਰਾਂਗਾ ਕਿ ਤੁਹਾਨੂੰ ਇਹ ਵੀਡੀਓ ਅੱਛੀ ਲੱਗੇਗੀ ਇਸ ਦਾ ਪਾਰਟ 1 ਅਸੀਂ ਡਿਸਕਸ ਕਰ ਚੁੱਕੇ ਹਾਂ ਅੱਜ ਇਸ ਵੀਡੀਓ ਵਿੱਚ ਅਸੀਂ ਐਨਟੀਐਸਸੀ ਦਾ ਪਾਰਟ ਨੰਬਰ 2 ਜੋ ਇੰਪੋਰਟੈਂਟ ਕੁਐਸਚਨ 2019 ਦੇ ਵਿੱਚ ਆਏ ਸੀ ਉਹਨਾਂ ਨੂੰ ਅਸੀਂ ਡਿਸਕਸ ਕਰਾਂਗੇ ਤੋ ਇਸ ਦੇ ਨਾਲ ਹੀ ਸ਼ੁਰੂ ਕਰਦੇ ਹਾਂ ਫਰਸਟ ਕੁਐਸਚਨ ਦਾ ਉਹ ਦੇਸ਼ ਜਿਹੜਾ ਖੇਤਰਫਲ ਅਤੇ ਆਬਾਦੀ ਦੋਹਾਂ ਪੱਖੋਂ ਪੰਜਵੇਂ ਸਥਾਨ ਤੇ ਹੈ ਉਸ ਆਪਸ਼ਨ ਹੈ ਜੀ ਭਾਰਤ ਕੈਨੇਡਾ ਬ੍ਰਾਜ਼ੀਲ ਚੀਨ ਤੋਂ ਇਸ ਦਾ ਰਾਈਟ ਆਨਸਰ ਹੈ ਜੀ ਬ੍ਰਾਜ਼ੀਲ ਕੁਸ਼ਚਨ ਨੰਬਰ ਸੈਕੰਡ ਹੈ ਭਾਰਤ ਦਾ ਖੇਤਰਫਲ ਧਰਤੀ ਦੇ ਸਥਲ ਭਾਗ ਦਾ ਕਿੰਨੇ ਪ੍ਰਤੀਸ਼ਤ ਹੈ 2.2% 3.2% 4.2% 1.2% ਇਸ ਦਾ ਰਾਈਟ ਆਨਸਰ ਹੈ ਜੀ ਭਾਰਤ ਦਾ ਖੇਤਰਫਲ ਧਰਤੀ ਦੇ ਸਥਲ ਭਾਗ ਦਾ 2.2% ਹੈ ਪ੍ਰਸ਼ਨ ਨੰਬਰ 3 ਹੈ ਭਾਰਤ ਦਾ ਪੂਰਬ ਤੋਂ ਪੱਛਮ ਤੱਕ ਦੇ ਵਿਸਥਾਰ ਦੀ ਲੰਬਾਈ ਕਿੰਨੀ ਹੈ ਭਾਰਤ ਦਾ ਪੂਰਬ ਤੋਂ ਪੱਛਮ ਤੱਕ ਦੇ ਵਿਸਥਾਰ ਦੀ ਲੰਬਾਈ ਕਿੰਨੀ ਹੈ ਜੀ 3214 ਕਿਲੋਮੀਟਰ ਜਾਂ 2933 ਕਿਲੋਮੀਟਰ ਜਾਂ 3025 ਕਿਲੋਮੀਟਰ ਜਾਂ 3131 ਕਿਲੋਮੀਟਰ ਇਸ ਦਾ ਰਾਈਟ ਆਨਸਰ ਹੈ ਜੀ 3214 ਕਿਲੋਮੀਟਰ ਨੈਕਸਟ ਕੁਐਸਚਨ ਨੰਬਰ 4 ਹੈ ਭਾਰਤ ਦਾ ਮਾਨਕ ਸਮਾਂ ਸਟੈਂਡਰਡ ਇੰਡੀਅਨ ਸਟੈਂਡਰਡ ਟਾਈਮ ਕੀ ਹੈ অপਸ਼ਨ ਹੈ 82/1/2 ਡਿਗਰੀ ਈਸਟ ਜਾਂ 82 ਸਹੀ 1/2 ਡਿਗਰੀ ਵੈਸਟ ਜਾਂ 82 ਸਹੀ 1/2 ਡਿਗਰੀ ਨਾਰਥ ਜਾਂ 82 ਸਹੀ 1/2 ਡਿਗਰੀ ਸਾਊਥ ਤੋਂ ਇਸ ਦਾ ਰਾਈਟ ਆਨਸਰ ਹੈ ਜੀ 82 ਸਹੀ 1/2 ਡਿਗਰੀ ਈਸਟ ਪ੍ਰਸ਼ਨ ਨੰਬਰ 5 ਹੈ ਜੀ ਭਾਰਤ ਦੀ ਜ਼ਮੀਨੀ ਸਰਹੱਦ ਕਿੰਨੇ ਗੁਆਂਢੀ ਦੇਸ਼ ਲੱਗਦੇ ਹਨ ਇਸ ਆਪਸ਼ਨ ਹੈ ਜੀ 8 ਹੈ 6 ਹੈ 10 ਹੈ 7 ਇਸ ਆ ਰਾਈਟ ਆਨਸਰ ਹੈ ਜੀ ਆਪਸ਼ਨ 7 ਭਾਰਤ ਦੀ ਜ਼ਮੀਨੀ ਸਰਹੱਦ ਕਿੰਨੇ ਗੁਆਂਢੀ ਦੇਸ਼ ਲੱਗਦੇ ਹਨ ਉਸ ਦਾ ਆਨਸਰ ਹੈ ਜੀ 7 ਅਗਰ ਅਸੀਂ ਉਹਨਾਂ ਦੇਸ਼ਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆ ਜਾਏਗਾ ਤੁਹਾਡੇ ਕੋਲ ਜੀ ਨਾਰਥ-ਵੈਸਟ ਵਿੱਚ ਅਫਗਾਨਿਸਤਾਨ, ਪਾਕਿਸਤਾਨ ਉਸ ਤੋਂ ਬਾਅਦ ਆ ਜਾਏਗਾ ਜੀ ਨਾਰਥ ਦੇ ਵਿੱਚ ਚਾਈਨਾ, 부ਟਾਨ, ਨੇਪਾਲ ਈਸਟ ਵਿੱਚ ਆਏਗਾ ਮਾਇਨਮਾਰ, ਬੰਗਲਾਦੇਸ਼ ਇਸ ਇਸ ਮੈਪ ਵਿੱਚ ਸਭ ਤੋਂ ਪਹਿਲਾਂ ਅਸੀਂ ਗੁਆਂਢੀ ਦੇਸ਼ਾਂ ਦੇ नाम देखा सब तो पहला आ गया जी अफगानिस्तान नंबर दो दे आ गया जी पाकिस्तान उस तो बाद देख रहे हो चाइना नेपाल भूटान तो बाद आ गया जी मायनमार और बंगलादेश ਭਾਰਤ ਇਹ ਹੈ 0 ਡਿਗਰੀ ਦੀ ਛਾਂਤ ਰੇਖਾ ਸੰਸਾਰ ਦੇ ਕਿਸ ਸ਼ਹਿਰ ਵਿੱਚੋਂ ਗੁਜ਼ਰਦੀ ਹੈ ਇਲਾਵਾਦ ਕਰਾਚੀ ਗ੍ਰੀਨਵਿਚ ਸ਼ਿਕਾਂਗੋ ਇਜ਼ ਦਾ ਰਾਈਟ ਆਨਸਰ ਹੈ ਜੀ ਗ੍ਰੀਨਵਿਚ ਕੁਐਸਚਨ ਨੰਬਰ 7 ਹੈ ਕਿਸ ਦੇਸ਼ ਨਾਲ ਭਾਰਤ ਦੀ ਸਭ ਤੋਂ ਲੰਬੀ ਯਵਦ ਅੰਤਰਰਾਸ਼ਟਰੀ ਸਰਹੱਦ ਲੱਗਦੀ ਹੈ ਪਾਕਿਸਤਾਨ ਦੇ ਨਾਲ ਚੀਨ ਦੇ ਨਾਲ ਬੰਗਲਾਦੇਸ਼ ਦੇ ਨਾਲ ਜਾਂ ਭੂਟਾਨ ਦੇ ਨਾਲ ਇਜ਼ ਦਾ ਰਾਈਟ ਆਨਸਰ ਹੈ ਜੀ ਬੰਗਲਾਦੇਸ਼ ਨੈਕਸਟ ਕੁਐਸਚਨ ਹੈ ਕਿਸ ਦੇਸ਼ ਨਾਲ ਭਾਰਤ ਦੀ ਸਭ ਤੋਂ ਛੋਟੀ ਅੰਤਰਰਾਸ਼ਟਰੀ ਸਰਹੱਦ ਲੱਗਦੀ ਹੈ ਅਫਗਾਨਿਸਤਾਨ ਬੂਟਾਨ ਪਾਕਿਸਤਾਨ ਨੇਪਾਲ ਦਿਸ ਦਾ ਰਾਈਟ ਆਨਸਰ ਹੈ ਜੀ ਅਫਗਾਨਿਸਤਾਨ ਕੁਐਸਚਨ ਨੰਬਰ 9 ਹੈ ਭਾਰਤ ਦੀ ਸਮੁੰਦਰੀ ਤੱਟ ਰੇਖਾ ਦੀ ਲੰਬਾਈ ਕਿੰਨੀ ਹੈ 8516 ਕਿਲੋਮੀਟਰ 7516 ਕਿਲੋਮੀਟਰ 6516 ਕਿਲੋਮੀਟਰ ਜਾਂ 9516 ਕਿਲੋਮੀਟਰ ਠੀਕ ਜਵਾਬ ਹੈ ਜੀ 7516 ਕਿਲੋਮੀਟਰ ਭਾਰਤ ਦੀ ਸਮੁੰਦਰੀ ਤੱਟ ਰੇਖਾ ਦੀ ਲੰਬਾਈ ਹੈ ਉਸ ਤੋਂ ਬਾਅਦ ਕੁਸ਼ਨ ਨੰਬਰ 10 ਹੈ ਭਾਰਤ ਦੇ ਕਿੰਨੇ ਰਾਜਾਂ ਦਾ ਕੋ ਮੰਤਰੀ ਸਰਹੱਦ ਇੰਟਰਨੈਸ਼ਨਲ ਬਾਰਡਰ ਨਾਲ ਲੱਗਦੇ ਹਨ 15 ਸਟੇਟਸ ਪੈਂਦੀਆਂ ਹਨ ਰਾਜ ਪੈਂਦੇ ਜਾਂ 16 ਰਾਜ ਜਾਂ 17 ਰਾਜ ਜਾਂ 18 ਰਾਜ ਉਹ ਇਸ ਦਾ ਰਾਈਟ ਆਨਸਰ ਹੈ ਜੀ 17 ਫਰੈਂਡਸ ਇਸ ਮੈਪ ਦੇ ਵਿੱਚ ਅਸੀਂ ਜਿਹੜੀਆਂ ਸਟੇਟਸ ਜਿਹੜੀਆਂ ਬਾਰਡਰ ਦੇ ਨਾਲ ਲੱਗਦੀਆਂ ਉਹ ਆ ਗਿਆ ਸਾਡੇ ਕੋਲ ਜੀ ਜੰਮੂ ਐਂਡ ਕਸ਼ਮੀਰ ਮਾਛਲ ਪ੍ਰਦੇਸ਼ पंजाब, उत्तराखंड यूपी बिहार अरुणाचल प्रदेश असम, मेघालय नागालैंड मणिपुर त्रिपुरा वेस्ट बंगाल राजस्थान गुजरात टोटल सैवनटीन स्टेट्स हम जी, सैवनटीन स्टेट्स अरुणाचल प्रदेश असाम नागालैंड मणिपुर मिजोरम त्रिपुरा मेघालय उत्तर प्रदेश बिहार वेस्ट बंगाल सिक्किम जम्मू एंड कश्मीर पंजाब हिमाचल प्रदेश उत्तराखंड राजस्थान ਨੈਕਸਟ ਕੁਐਸਚਨ ਨੰਬਰ 11 ਹੈ ਭਾਰਤ ਦੇ ਪੱਛਮੀ ਹਿੱਸੇ ਵਿੱਚ ਕਿਹੜਾ ਵਿਸ਼ਾਲ ਮਾਰੂਥਲ ਸਥਿਤ ਹੈ? ਥਾਰ ਮਾਰੂਥਲ ਗੋਬੀ ਮਰੀਥ ਮਾਰੂਥਲ ਸਹਾਰਾ ਮਾਰੂਥਲ ਜਾਂ ਚਿੱਟਾ ਮਾਰੂਥਲ? ਦਿਸ ਇਜ਼ ਦਾ ਰਾਈਟ ਆਨਸਰ ਹੈ ਜੀ। ਥਾਰ ਮਾਰੂਥਲ। ਨੈਕਸਟ ਕੁਐਸਚਨ ਹੈ ਭਾਰਤ ਦੇ ਕਿਸ ਰਾਜ ਵਿੱਚ ਔਰਤਾਂ ਦੀ ਸਾਖਰਤਾ ਸਭ ਤੋਂ ਵੱਧ ਹੈ? ਪੰਜਾਬ, ਗੁਜਰਾਤ, ਕੇਰਲ, ਸਿੱਕਮ? ਦਿਸ ਇਜ਼ ਦਾ ਰਾਈਟ ਆਨਸਰ ਹੈ ਜੀ। ਕਿਹੜਾ ਹੀਟ ਲਿਖਿਆਂ ਵਿੱਚੋਂ ਭਾਰਤ ਦਾ ਜੁਵਾਨ ਪਹਾੜ ਕਿਹੜਾ ਹੈ ਅਰਾਵਲੀ ਵਿद्याੰਚਲ ਸਤਪੂੜਾ ਹਿਮਾਲਿਆ ਉਹ ਇਸ ਰਾਈਟ ਆਨਸਰ ਹੈ ਜੀ ਹਿਮਾਲਿਆ ਨੈਕਸਟ ਕੁਐਸਚਨ ਨੰਬਰ 14 ਰਾਵੀ ਜੇਲੰਪ ਚਨਾਵ ਕਿਸ ਦਰਿਆ ਦੀਆਂ ਸਹਾਇਕ ਨਦੀਆਂ ਹਨ ਗੰਗਾ ਬ੍ਰਹਮਪੁੱਤਰ ਸਿੰਧ ਗੋਦਾਵਰੀ ਇਸ ਦਾ ਰਾਈਟ ਆਨਸਰ ਹੈ ਜੀ ਸਿੰਧ ਸਿੰਧ ਦੀਆਂ ਸਹਾਇਕ ਨਦੀਆਂ ਹਨ ਨੈਕਸਟ ਕੁਐਸਚਨ ਹੈ ਭਾਰਤ ਦੇ ਕਿਸ ਰਾਜ ਵਿੱਚ ਜੰਗਲਾਂ 8 8 ਪ੍ਰਤੀਸ਼ਤ ਰਗਵਾ ਸਭ ਤੋਂ ਵੱਧ ਹੈ ਪੰਜਾਬ ਦੇ ਵਿੱਚ ਤ੍ਰੀਪੁਰਾ ਦੇ ਵਿੱਚ ਹਰਿਆਣਾ ਵਿੱਚ ਜਾਂ ਪੱਛਮੀ ਬੰਗਾਲ ਦੇ ਵਿੱਚ ਉਦੀ ਦਾ ਰਾਈਟ ਆਨਸਰ ਹੈ ਜੀ ਤ੍ਰਿਪੁਰਾ ਕੁਐਸਚਨ ਨੰਬਰ 16 ਕਿਲਾਸ਼ ਪਰਬਤ ਲੜੀ ਕਿਸ ਸ਼੍ਰੇਣੀ ਵਿੱਚ ਆਂਦੀ ਹੈ ਪਲਾਕ ਪਰਬਤ ਅਪਸ਼ਿਸ਼ਟ ਪਰਬਤ ਗਵੰਦ ਪਰਬਤ ਜਾਂ ਬਲਦਾਰ ਪਰਬਤ ਤੇ ਇਸ ਦਾ ਰਾਈਟ ਆਨਸਰ ਹੈ ਜੀ ਬਲਦਾਰ ਪਰਬਤ ਤੋਂ ਫਰੈਂਡਸ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ ਅਗਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੈ